अस्सलाम वालेकुम जी, मैं हाँ तोड़ा अपना होस्ट बाबा जी, और आज मैं पहुंच गया हाँ विलेज गै दे अंदर। गै विलेज जड़ा है डिस्ट्रिक्ट चकवाल दे अंदर है। तुसी इंडियन पीएम जड़े सरदार मनमोहन सिंह ने, उन्होंने नाम तो सुनिया होएगा, सरदार मनमोहन सिंह द विलेज है जिन्हों के गै बेगल कहा जाता है। गै अलग है और बेगल अलग है, एक गै है जी। और ओल्ड विलेज ऑफ सरदार मनमोहन सिंह, ये सरदार मनमोहन सिंह का पिंड है जिन्हों के गाह कहा जाता है। पंजाबी कल्चर एंड हेरीटेज के नाल बनिया होया, और आज भी वही कल्चर वही हेरीटेज जड़ा सारा दा सारा मौजूद है। प्री पार्टीशन घर जड़े ने लोगों के वो भी मौजूद ने। करण वजे हुए ताले, सरदार मनमोहन सिंह दा पिंड, लो जी असी आ गए हैं जी गाह दे विच, गै पिंड जिन्हों कहा जाता है। और गै जड़ा कि पीएम मनमोहन सिंह का पिंड है। काफ़ी अरसा पहले इस चीज़ के मुतलिक मैं क्लब कट्ठे किए सन 4 साल पहले, और फिर मैं इतने आया सी और पिक्चर्स वगैरह लैके गया से पहले। तो सरदार मनमोहन सिंह 1932 ਦੇ ਵਿੱਚ ਇਸ ਪਿੰਡ ਦੇ ਵਿੱਚ ਪੈਦਾ ਹੁੰਦੇ ਨੇ। ਇਹਨਾਂ ਗਲੀਆਂ 'ਚ ਖੇਡ ਕੇ ਥੋੜ੍ਹੇ ਵੱਡੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਪੁਰਖੇ ਜਿਹੜੇ ਨੇ ਮਾਈਗ੍ਰੇਟ ਕਰ ਜਾਂਦੇ ਨੇ ਈਸਟ ਨੂੰ, ਔਰ ਉੱਥੇ ਜਾ ਕੇ ਉਹਨਾਂ ਦੇ ਕਿਸਮਤ ਦਾ ਸਿਤਾਰਾ ਚਮਕਦਾ ਹੈ, ਔਰ ਉਹ 10 ਸਾਲ ਵਾਸਤੇ ਇੰਡੀਅਨ ਪ੍ਰਾਈਮ ਮਿਨਿਸਟਰ ਬਣ ਜਾਂਦੇ ਨੇ। ਇਹ ਹੈ ਉਹ ਸਾਦਾ ਪਰਾਦਾ ਪਿੰਡ। ਅੱਜ ਵੀ ਉੱਥੇ ਦੇ ਲੋਕ ਕਿੰਨੇ ਸਾਦੇ ਨੇ, ਘਰ ਕਿੰਨੇ ਸਾਦੇ ਨੇ, ਘਰ ਕੱਚੇ ਨੇ ਲੇਕਿਨ ਲੋਕ ਸੱਚੇ ਨੇ। ਅੱਜ ਵੀ ਇਹ ਦੇਖੋ ਤੁਸੀਂ ਅੱਗੇ, ਇਹ ਹਨ ਉਹ ਗਲੀਆਂ ਜਿੱਥੋਂ ਕਦੀ ਸਰਦਾਰ ਮਨਮੋਹਨ ਸਿੰਘ ਖੇਡਦਾ ਹੋਏਗਾ। ਆ ਪਲੀਜ਼, ਮੈਨੂੰ ਤੁਹਾਡੇ ਸਾਰਿਆਂ ਤੋਂ ਰਿਕੁਐਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਪਿੰਡ ਦਾ ਨਾਂ ਹੈ ਗੈ, ਸਰਦਾਰ ਮਨਮੋਹਨ ਸਿੰਘ ਦਾ ਪਿੰਡ। ਅੱਜ ਵੀ ਪੰਜਾਬ ਦੀ ਉਹੀ ਰਹਿਤਲ ਹੈ ਜਿਹੜੀ ਪ੍ਰੀ ਪਾਰਟੀਸ਼ਨ ਸੀ। ਲੋਕ ਕਿਉਂਕਿ ਜਿਹੜੇ ਲੋਕ ਤਰੱਕੀ ਕਰ ਜਾਂਦੇ ਨੇ ਉਹ ਜਗ੍ਹਾ ਛੱਡ ਜਾਂਦੇ ਨੇ। ਸੁਣਿਆ ਸੀ ਕਿ ਇਹ ਜਿਹੜੇ ਸੋਲਰ ਪੈਨਲ ਲੱਗੇ ਹੋਏ ਨੇ ਇਹ ਸਰਦਾਰ ਮਨਮੋਹਨ ਸਿੰਘ ਜੀ ਵੱਲੋਂ ਹੀ ਲਾਏ ਗਏ ਸਨ ਪਿੰਡ ਦੇ ਵਿੱਚ। ਬਹੁਤ ਸਾਰੇ ਘਰ ਜਿਹੜੇ ਨੇ ਖਤਮ ਹੋ ਗਏ ਨੇ, ਟੁੱਟ ਗਏ ਨੇ। ਸੋ ਤੁਸੀਂ ਦੇਖ ਰਹੇ ਹੋ ਵਿਲੇਜ ਗਾਹ, ਐਕਸ ਪੀ ਐਮ ਸਰਦਾਰ ਮਨਮੋਹਨ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਪੁਰਖਾਂ ਦਾ ਪਿੰਡ ਜਿੱਥੇ ਉਹ 1932 ਦੇ ਵਿੱਚ ਪੈਦਾ ਹੋਏ ਜੀ। ਬਿਲਕੁਲ ਜੀ, ਪ੍ਰਾਈਮ ਮਿਨਿਸਟਰ, ਇੰਡੀਅਨ ਐਕਸ ਪ੍ਰਾਈਮ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਇਹ ਉਹਨਾਂ ਦੇ ਪਿੰਡ ਆ ਗਏ ਹਾਂ ਅਸੀਂ, ਜਿਹਨੂੰ ਕਿ ਗਾਹ ਜਾਂ ਗੈ ਬੇਗਲ ਕਿਹਾ ਜਾਂਦਾ ਹੈ। ਇਹ ਉਹ ਗਲੀਆਂ, ਉਹ ਨਜ਼ਾਰੇ ਜਿੱਥੋਂ ਇੰਡੀਅਨ ਪੀਐਮ ਜਿਹੜੇ ਨੇ ਜੰਮੇ ਪਲੇ, ਉਸ ਪਿੰਡ ਦੀਆਂ ਯਾਦਾਂ। ਪਲੀਜ਼ ਉਹਨਾਂ ਤੱਕ ਪਹੁੰਚਾਓ ਕਿ ਸਰਦਾਰ ਮਨਮੋਹਨ ਸਿੰਘ ਦੇ ਪਿੰਡ ਦੇ ਵਿੱਚ ਪੁਰਾਣੇ ਘਰਾਂ ਲੱਗੇ ਹੋਏ ਤਾਲੇ। ਆ ਤੁਸੀਂ ਦੇਖ ਸਕਦੇ ਹੋ
ਵੀ ਤਾਲੇ ਲੱਗੇ ਹੋਏ ਨੇ। ਮੋਸਟਲੀ ਲੋਕ ਮਾਈਗ੍ਰੇਟ ਕਰ ਗਏ ਨੇ ਇੱਥੋਂ। ਇਹ ਤੁਸੀਂ ਦੇਖ ਸਕਦੇ ਹੋ ਘਰ ਕੱਚੇ, ਜਿਹਦੇ ਮੁਤਲਕ ਮੈਂ ਅਕਸਰ ਗੱਲ ਕਰਨਾ ਹੁੰਦਾ ਵਾਂ ਘਰਾਂ ਦੀਆਂ। ਘਰ ਕੱਚੇ ਅਤੇ ਲੋਕ ਸੱਚੇ, ਵਾਕਈ ਘਰ ਕੱਚੇ ਸਨ ਅਤੇ ਲੋਕ ਸੱਚੇ ਸਨ। ਇਸ ਘਰ ਦਾ ਜ਼ਿਕਰ ਕੀਤਾ ਜਾਂਦਾ ਜ਼ਿਆਦਾ ਕਿ ਜਿਹੜਾ ਪੁਰਖਾਂ ਦੇ ਨਾਲ ਜੁੜਿਆ ਹੋਇਆ ਸੀ, ਇਹਨਾਂ ਦੇ ਰਿਸ਼ਤੇਦਾਰਾਂ ਨਾਲ ਜੁੜਿਆ ਹੋਇਆ ਸੀ। ਪ੍ਰੀ ਪਾਰਟੀਸ਼ਨ, ਖੂਬਸੂਰਤ ਆਰਕੀਟੈਕਚਰ। ਥੈਂਕ ਯੂ ਮੁਗੀਜ਼ ਅਹਿਮਦ, ਥੈਂਕ ਯੂ ਤਾਹਿਰ ਅਬਾਸ, ਸਰਦਾਰ ਮਨਮੋਹਨ ਸਿੰਘ ਦੇ ਪੁਰਖਾਂ ਦਾ ਪਿੰਡ ਜਿਹਨੂੰ ਕਿ ਗਹਿ ਕਿਹਾ ਜਾਂਦਾ। ਇਹ ਦੇਖੋ, ਉਹੀ ਬੂਹੇ ਬਾਰੀਆਂ, ਉਹੀ ਖਿੜਕੀਆਂ, ਉਹੀ ਦਰੀਚੇ। ਪਲੀਜ਼ ਇਹ ਪਿੰਡ ਦੀ ਵੀਡੀਓ ਜਿਹੜੀ ਹੈ ਉਹਨਾਂ ਤੱਕ ਲਾਜ਼ਮੀ ਪਹੁੰਚਾਓ। ਹਾਂਜੀ, ਗੱਲ ਕਰ ਰਿਹਾ ਵਾਂ ਪੰਜਾਬ ਔਰ ਪੰਜਾਬੀਅਤ ਦੀ। ਮੈਂ ਇਸ ਵੇਲੇ ਬੈਠਾ ਹੋਇਆ ਨੌਰਥ ਵੈਸਟ ਪੰਜਾਬ ਦੇ ਅੰਦਰ। ਨੌਰਥ ਵੈਸਟ ਪੰਜਾਬ ਦੇ ਅੰਦਰ ਡਿਸਟ੍ਰਿਕਟ ਚਕਵਾਲ ਹੈ, ਕਦੀ ਡਿਸਟ੍ਰਿਕਟ ਜੇਹਲਮ ਹੁੰਦੀ ਸੀ, ਹੁਣ ਡਿਸਟ੍ਰਿਕਟ ਪੰਜਾਬ ਡਿਸਟ੍ਰਿਕਟ ਚਕਵਾਲ ਹੈ। ਔਰ ਚਕਵਾਲ ਦੇ ਅੰਦਰ ਗਹਿ ਬੇਗਲ, ਗਹਿ ਬੇਗਲ ਕਿਹਾ ਜਾਂਦਾ ਇਸ ਜਗ੍ਹਾ ਨੂੰ, ਲੇਕਿਨ ਇਹ ਗਹਿ ਹੈ ਬੇਗਲ ਜਿਹੜਾ ਉਹ ਰਾਹ ਦੇ ਵਿੱਚ ਆਉਂਦਾ। ਔਰ 1932 ਦੇ ਵਿੱਚ ਸਰਦਾਰ ਮਨਮੋਹਨ ਸਿੰਘ 10 ਸਾਲ ਐਜ਼ ਏ ਪ੍ਰਾਈਮ ਮਿਨਿਸਟਰ ਡਿਊਟੀ ਕਰਨ ਵਾਲੇ ਕਾਂਗਰਸ ਵੱਲੋਂ ਜਿੱਤ ਕੇ, ਔਰ ਉਹਨਾਂ ਨੇ ਇਸ ਸਾਡੇ ਜੇ ਪਿੰਡ ਦੇ ਵਿੱਚ 1932 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ। ਔਰ ਇੱਥੇ ਕਈ ਜ਼ਿਆਦਾ ਸਾਰੀਆਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਪੁਰਖਾਂ ਦੀਆਂ ਨੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਆਇਆ ਵਾਂ ਰਸਤੇ ਦੇ ਵਿੱਚ। ਮੈਂ ਕਹਾਂਗਾ ਕਿ ਅਨਮੁੱਲੀਆਂ ਯਾਦਾਂ ਨੇ, ਔਰ ਉਹ ਲੋਕ ਜਿਹੜੇ ਕਿ ਡਿਸਟ੍ਰਿਕਟ ਚਕਵਾਲ ਦੇ ਨਾਲ, ਡਿਸਟ੍ਰਿਕਟ ਚਕਵਾਲ ਨੇ ਨਾ ਸਿਰਫ ਇੰਡੀਆ ਨੂੰ 2 PM ਦਿੱਤੇ, ਬਲਕਿ ਪਾਕਿਸਤਾਨ ਦੇ ਅੰਦਰ ਹਾਜ਼ਰ ਸਰਵਿਸ ਦੇ ਵਿੱਚ ਜਿਹੜੇ ਲੋਟ ਆਫ ਜਰਨੈਲਸ, ਕਰਨਲਸ ਐਂਡ ਬ੍ਰਿਗੇਡੀਅਰਸ ਜਿਹੜੇ ਨੇ ਉਹ ਬਿਲੋਂਗ ਕਰਦੇ ਨੇ ਚਕਵਾਲ ਹੀ ਤੋਂ। ਚਕਵਾਲ ਦੀ ਮਿੱਟੀ ਹੋਵੇ ਤਾਂ ਕਿਹਾ ਜਾਂਦਾ ਕਿ ਇਹ ਐਰਿਡ ਲੈਂਡ ਹੈ, ਐਰਿਡ ਐਗਰੀਕਲਚਰ ਜਿਹੜਾ ਉਹ ਪਲੈਟੋ ਹੈ, ਲੇਕਿਨ ਇਹਦੀ ਮਿੱਟੀ ਬਹੁਤ ਜ਼ਰਖੇਜ਼ ਹੈ। ਜਿੰਨੇ ਕਿ ਕਲਚਰ ਐਂਡ ਹੈਰੀਟੇਜ ਦੇ ਵਿੱਚ ਜਿੰਨੀ ਇੱਥੇ ਦੀ ਮਿੱਟੀ ਪਾਏਦਾਰ ਔਰ ਸੋਹਣੀ ਔਰ ਗੁੰਨੀ ਹੋਈ ਹੈ, ਉਹ ਤੁਹਾਨੂੰ ਸ਼ਾਇਦ ਹੋ ਸਕਦਾ ਕਿ ਕਿਤੇ ਵੀ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਉਹ ਘੱਟ ਮਿਲੇ। ਅਤੇ ਮੈਂ ਅੱਜ ਯਾਦਾਂ ਤਾਜ਼ੀਆਂ ਕਰਵਾਉਣ ਵਾਸਤੇ ਆਇਆ ਸੀ PM ਮਨਮੋਹਨ ਸਿੰਘ ਦੀਆਂ, ਕਿ ਮੋਹਨੇ ਦਾ ਪਿੰਡ ਦਿਖਾਉਣ ਵਾਸਤੇ ਆਇਆ ਸੀ। ਤੁਹਾਨੂੰ ਬਹੁਤ ਜ਼ਿਆਦਾ ਸਾਰੇ ਦੋਸਤਾਂ ਦੀ ਫਰਮਾਇਸ਼ ਸੀ, ਕਿਉਂਕਿ 4 ਸਾਲ ਪਹਿਲੇ ਜਦੋਂ ਮੈਂ ਇਹਦੀ ਫੋਟੋਗ੍ਰਾਫੀ ਕੀਤੀ ਉਸ ਵੇਲੇ ਲਾਈਵ ਜਾਣ ਦਾ ਕੋਈ ਇੰਨਾ ਜ਼ਿਆਦਾ ਕੌਨਸੈਪਟ ਨਹੀਂ ਸੀ, ਲੇਕਿਨ ਅੱਜ ਅਗਰ ਦੇਖੋ ਤਾਂ ਟੈਕਨੋਲੋਜੀ ਜਿਹੜੀ ਹੈ ਬਹੁਤ ਅੱਗੇ ਜਾ ਸਕੀ ਹੈ। ਔਰ ਇਹਦਾ ਵੀ ਸਿਹਰਾ ਜਾਂਦਾ ਡਾਕਟਰ ਕਪਾਨੀ ਨੂੰ, ਜਿਹੜੇ ਕਿ ਕੈਲੀਫੋਰਨੀਆ 'ਚ ਮੌਜੂਦ ਨੇ। ਮੈਂ ਆਪਣੇ ਲਾਸਟ ਟ੍ਰਿਪ ਦੇ ਵਿੱਚ ਅਮੈਰੀਕਾ ਗਿਆ ਔਰ ਅਮੈਰੀਕਾ ਜਾ ਕੇ ਡਾਕਟਰ ਕਪਾਨੀ ਨੂੰ ਮਿਲ ਕੇ ਆਇਆ ਸੀ, ਜਿਨ੍ਹਾਂ ਨੇ ਫਾਈਬਰ ਆਪਟਿਕ ਤਿਆਰ ਕੀਤੀ ਔਰ ਕਿੱਥੋਂ ਸੱਤ ਸਮੁੰਦਰੋਂ ਪਾਰ ਇੰਟਰਨੈਟ ਦੀ ਟੈਕਨੋਲੋਜੀ ਜਿਹੜੀ ਅੱਜ ਪਾਕਿਸਤਾਨ ਦੇ ਵਿੱਚ ਵੀ ਮੌਜੂਦ ਹੈ। ਔਰ ਪਹਿਲੇ ਸਿਰਫ ਅਸੀਂ ਫੋਨ ਸੁਣ ਸਕਦੇ ਸੀ, ਫੋਨ ਕਰ ਸਕਦੇ ਸੀ, ਤਾਰਾਂ ਆਉਂਦੀਆਂ ਸਨ, ਤਾਰਾਂ ਜਾਂਦੀਆਂ ਸਨ। ਅੱਜ ਇੰਟਰਨੈਟ ਅਗਰ ਪਾਕਿਸਤਾਨ ਤੱਕ ਪਹੁੰਚਦਾ ਤਾਂ ਸੈਲੂਟ ਹੈ ਡਾਕਟਰ ਕਪਾਨੀ ਨੂੰ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਇਹ ਸਾਰੀ ਸਰਵਿਸਿਜ਼ ਜਿਹੜੀਆਂ ਨੇ ਪੂਰੀ ਦੁਨੀਆ ਨੂੰ ਪ੍ਰੋਵਾਈਡ ਕਰ ਰਹੇ ਹਾਂ, ਯਾਨੀ ਕਿ ਲਾਈਵ ਜਾ ਕੇ ਅਸੀਂ ਸਾਰਾ ਕੁਝ ਦਿਖਾ ਸਕਦੇ ਹਾਂ। ਫਿਰ ਕਹਾਂਗਾ ਕਿ ਵੰਡ ਪੰਜਾਬੀ ਨੇ ਉਵੇਂ ਤਾਂ ਬੜਾ ਕੁਛ ਜਿਹੜਾ ਇਨਸਾਨਾਂ ਕੋਲੋਂ ਖੋ ਲਿਆ, ਲੇਕਿਨ ਕੁਛ ਲੋਕ ਐਸੇ ਸਨ ਜਿਨ੍ਹਾਂ ਕੋਲੋਂ ਉਹਨਾਂ ਦੀ ਮਿੱਟੀ ਜਿਹੜੀ ਹੈ ਹਮੇਸ਼ਾ ਹਮੇਸ਼ਾ ਵਾਸਤੇ ਜਿਹੜੀ ਹੈ ਉਹ ਖੋ ਲਿੱਤੀ ਗਈ, ਉਹਨਾਂ ਨੂੰ ਉਹਦੇ ਤੋਂ ਦੂਰ ਕਰ ਦਿੱਤਾ ਗਿਆ। ਲਾਸਟ ਤਕਰੀਬਨ 3 ਦਿਨ ਪਹਿਲੇ ਮੈਂ ਇੱਕ ਪੋਸਟ ਪਾਈ ਸੀ ਪੰਜਾਬ ਹੋਲੋਕੋਸਟ, ਯਾਨੀ ਕਿ 17 ਤਰੀਕ ਨੂੰ ਯੋਮੇ ਸਿਆਸੀ ਪੰਜਾਬੀਆਂ ਦਾ, ਜਿਹਦੇ 'ਚ 10 ਲੱਖ ਪੰਜਾਬੀ ਜਿਹੜੇ ਸਨ ਮਾਰੇ ਗਏ ਸਨ। ਖਵਾ ਉਹ ਚਕਵਾਲ ਤੋਂ ਮੈਂ ਨਾਮ ਲਿਆ ਸੀ, ਖਵਾ ਚਕਵਾਲ ਤੋਂ ਗਏ, ਜੇਹਲਮ ਤੋਂ ਗਏ, ਕੋਟਾ ਤੋਂ ਗਏ, ਰਾਵਲਪਿੰਡੀ ਤੋਂ ਗਏ, ਜਾਂ ਹਰਨਾਲ ਹਰਿਆਲ ਤੋਂ ਗਏ, ਦੇਵੀ ਦਾਤਾ ਬੰਦਾ ਵਸਾਲੀ, ਔਰ ਅਗਰ ਦੇਖਿਆ ਜਾਏ ਕਲਰ ਸਹੀਦਾਂ ਔਰ ਸੂਈ ਚੀਵਿਆਂ, ਫਿਰ ਉਸ ਤੋਂ ਬਾਅਦ ਤੁਸੀਂ ਕਹੋਗੇ ਰਨਿਆਲ, ਰਤਿਆਲ, ਜਸਪਾਲ ਔਰ ਚਵਾ ਖਾਲਸਾ, ਡੇਰਾ ਖਾਲਸਾ, ਥਵਾ ਖਾਲਸਾ, ਇਹ ਸਾਰੇ ਪਿੰਡ ਸਨ ਜਿਨ੍ਹਾਂ ਦੇ ਮੈਂ ਨਾਮ ਅਕਸਰ ਜ਼ਿਕਰ ਕਰਦਾ ਰਹਿੰਦਾ ਵਾਂ ਰਿਸਰਚ ਦੇ ਅੰਦਰ। ਵੰਡ ਤਾਂ ਹੋਈ ਸੀ ਪੰਜਾਬ ਦੀ, ਈਸਟ ਔਰ ਵੈਸਟ ਪੰਜਾਬ ਬਣਿਆ, NWR ਬਣਿਆ, ਅਤੇ ਫਿਰ ਕਿੰਨੇ ਟੁੱਟੇ ਹੋਏ ਈਸਟ ਪੰਜਾਬ ਵਾਲਿਆਂ ਨੇ 3 ਕਰ ਦਿੱਤੇ। ਅਲਹਮਦੁਲਿਲਾ ਪਾਕਿਸਤਾਨ ਕੋਲ ਇੱਕ ਵੱਡਾ ਪੰਜਾਬ ਹੈ ਜਿਹਦੇ ਅੰਦਰ ਖਲੋਤਾ ਵਾਂ, ਐਰਿਡ ਐਗਰੀਕਲਚਰ ਲੈਂਡ ਹੈ ਸਾਰੀ, ਜਿਹਨੂੰ ਕਿਹਾ ਜਾਂਦਾ ਚਕਵਾਲ। 7ਵਾਂ ਡਾਇਲੈਕਟ ਬੋਲਿਆ ਜਾਂਦਾ ਜਿਹਨੂੰ ਕਿਹਾ ਜਾਂਦਾ ਤਮੀ,
ਧਮੀ ਦੇ ਬਾਰੇ ਚ ਮੈਂ ਤੁਹਾਨੂੰ ਰੇਡੀਓ ਵਾਇਸ ਆਫ ਪੰਜਾਬ ਟੈਕਸਿਸ ਤੋਂ ਪ੍ਰੋਗਰਾਮ ਕੀਤਾ ਸੀ ਹੋਸਟਨ ਪੰਜਾਬੀ ਰੇਡੀਓ ਤੋਂ ਉਸ ਵੇਲੇ ਮੈਂ ਦੱਸਿਆ ਸੀ ਸਾਡੇ ਕੋਲ ਪੰਜਾਬ ਦੇ ਔਰ ਪੰਜਾਬੀ ਦੇ ਡਾਇਲੈਕਟ ਜਿਹੜੇ ਨੇ ਆਪਣੇ ਅੱਜ ਵੀ ਜਿਹੜੇ ਨੇ ਉਹ ਮਸ਼ਹੂਰ ਮੌਜੂਦ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਅੱਜ ਵੀ 12 ਡਾਇਲੈਕਟ ਜਿਹੜੇ ਨੇ ਓਰੀਜਨਲ ਹਾਲਤ ਦੇ ਵਿੱਚ ਨੇ ਇੱਥੇ ਜਿਹੜਾ ਬੋਲਿਆ ਜਾਂਦਾ ਉਹਨੂੰ ਧਮੀ ਕਿਹਾ ਜਾਂਦਾ ਧਮੀ ਦੇ ਇਲਾਕੇ ਦੇ ਵਿੱਚ ਇਸ ਵੇਲੇ ਮੈਂ ਆਓ ਤਾਂ ਅੱਗੇ ਚੱਲਦੇ ਹਾਂ ਅਸੀਂ ਤੁਹਾਨੂੰ ਪਿੰਡ ਦੇ ਮਜ਼ੀਦ ਨਜ਼ਾਰਾ ਕਰਵਾਉਂਦੇ ਹਾਂ ਜੀ ਡਾਕਟਰ ਮਨਮੋਹਨ ਸਿੰਘ ਜੀ ਹਾਂ ਜੀ ਬਿਲਕੁਲ ਜੀ ਮੈਂ ਉਹਨਾਂ ਨੂੰ ਖੁਦ ਬਹੁਤ ਲਾਈਕ ਕਰਨਾ ਵਾਂ ਇਸੇ ਲਈ ਅਤੇ ਇਸੇ ਕਰਕੇ ਮੈਂ ਅੱਜ ਉਹਨਾਂ ਦੇ ਪਿੰਡ ਆਇਆ ਵਾਂ ਔਰ ਤੁਹਾਡੇ ਨਾਲ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਮੈਂ ਸਾਂਝੀ ਕਰਵਾ ਰਿਹਾ ਵਾਂ ਇਹ ਹੈ ਜੀ ਉਹਨਾਂ ਦੇ ਪਿੰਡ ਦੀ ਜਾਮਿਆ ਮਸਜਿਦ ਤਾਰੀਖੀ ਮਸਜਿਦ ਹੈ ਜੀ ਪੁਰਾਣੀ ਮਸਜਿਦ ਹੈ ਔਰ ਮਸਜਿਦ ਦਾ ਮਹਿਰਾਬ ਨਜ਼ਰ ਆ ਰਿਹਾ ਹੈ ਕਿ ਜਿਸ ਪਾਸੇ ਇਹ ਤੁਸੀਂ ਦੇਖਦੇ ਹੋ ਮਸਜਿਦ ਬਹੁਤ ਪਿਆਰੀ ਫੁਲਕਾਰੀ ਹੈ ਨਾਲ ਹੀ ਇਹ ਪੁਰਾਣਾ ਘਰ ਨਜ਼ਰ ਆ ਗਿਆ ਮੈਨੂੰ ਇਹ ਦੇਖੋ ਤੁਸੀਂ ਪ੍ਰੀ ਪਾਰਟੀਸ਼ਨ ਨਹੀਂ ਜੀ ਟੁਡਿਆਲ ਥੋੜ੍ਹਾ ਸਾਈਡ ਦੇ ਉੱਤੇ ਵੇ ਇਹ ਮਸਜਿਦ ਦੀ ਐਂਟਰੈਂਸ ਹੈ ਬਹੁਤ ਖੂਬਸੂਰਤ ਫੁਲਕਾਰੀ ਹੈ ਜੀ ਮਸਜਿਦ ਦੀ ਇਹ ਦੇਖੋ ਤੁਸੀਂ ਮਸਜਿਦ ਦੇ ਮਿਨਾਰੇ ਜਾਮਾ ਮਸਜਿਦ ਹਨਫੀਆ ਅੱਲਾ ਮਫਤਾਹਲੀ ਬਵਾਬਾ ਵਰਾਮਤੀਕਾ ਐ ਰੱਬ ਮੈਨੂੰ ਮਸਜਿਦ ਵਿੱਚ ਮੈਂ ਆਵਾਂ ਤਾਂ ਮੇਰੇ 'ਤੇ ਤੇਰੀ ਰਹਿਮਤ ਹੋਵੇ ਇਹ ਤਾਰੀਖੀ ਮਸਜਿਦ ਜੀ ਬਿਲਕੁਲ ਜੀ ਰੱਬ ਦਾ ਘਰ ਜਿੱਥੇ ਵੀ ਹੁੰਦਾ ਉੱਥੇ ਸੋਹਣਾ ਹੀ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜੁੜਿਆ ਹੋਇਆ ਬਹੁਤ ਖੂਬਸੂਰਤ ਇੱਕ ਕਮਰਾ ਹੈ ਔਰ ਉਹਦੇ ਵਿੱਚ ਦਰਵਾਜ਼ਾ ਲੱਗਿਆ ਹੋਇਆ ਮਸਜਿਦ ਦੇ ਵਿੱਚ ਫੋਨ ਅਲਾਊਡ ਨਹੀਂ ਹੈ ਇਸ ਵਾਸਤੇ ਮੈਂ ਬਾਹਰ ਨਿਕਲਣਾ ਵਾਪਸ ਰੇਹਾਨ ਮੇਰੇ ਨਾਲ ਨੇ ਔਰ ਨਾਲ ਮੌਸਮ ਮਲਿਕ ਇਹ ਅੱਜ ਮੈਨੂੰ ਅਸਿਸਟ ਕਰ ਰਹੇ ਨੇ ਦੋਵੇਂ ਅਤੇ ਗੱਲ ਹੋ ਰਹੀ ਸੀ ਸਰਦਾਰ ਮਨਮੋਹਨ ਸਿੰਘ ਜੀ ਦੇ ਪਿੰਡ ਦੀ ਔਰ ਉਹਨਾਂ ਬਾਰੇ ਕਿ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹਨਾਂ ਦੇ ਪੁਰਖਾਂ ਦੀਆਂ ਉਹ ਤਾਜ਼ੀਆਂ ਕਰਵਾਉਣ ਵਾਸਤੇ ਮੈਂ ਪਿੰਡ ਵਿੱਚ ਆਇਆ ਸੀ ਔਰ ਅੱਜ ਵੀ ਇਸ ਪਿੰਡ ਦੇ ਅੰਦਰ ਬਹੁਤ ਸਾਦਗੀ ਹੈ ਕੁਲਵੀਰ ਜੀ ਥੈਂਕ ਯੂ ਸਚਿਨ ਵੀਰ ਜੀ ਥੈਂਕ ਯੂ ਤਮਾਮ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਵੀਰ ਜੀ ਤੁਸੀਂ ਵਾਚ ਕਰ ਰਹੇ ਹੋ ਬਹੁਤ ਸ਼ੁਕਰੀਆ ਉਹ ਦੇਖੋ ਤੁਸੀਂ ਅਗਰ ਅੰਦਰ ਤੁਹਾਨੂੰ ਘਰ ਦੇ ਅੰਦਰ ਨਜ਼ਰ ਆਏ ਤਾਂ ਵੁੱਡ ਦਾ ਲਾਜਵਾਬ ਕੰਮ ਹੋਇਆ ਹੋਇਆ ਦਰਵਾਜ਼ੇ ਦੇ ਉੱਤੇ ਘਰ ਕੱਚੇ ਨੇ ਪਰ ਅੱਜ ਵੀ ਲੋਕ ਸੱਚੇ ਨੇ ਇੱਥੇ ਇਹ ਉਹ ਗਲੀਆਂ ਨੇ ਜਿੱਥੋਂ ਸਰਦਾਰ ਮਨਮੋਹਨ ਸਿੰਘ ਜੀ 1932 'ਚ ਪੈਦਾ ਹੋ ਕੇ ਔਰ ਉਸ ਤੋਂ ਬਾਅਦ ਜਿਹੜੇ ਨੇ ਉਹ ਇੰਡੀਆ ਵੱਲ ਸ਼ਿਫਟ ਹੋ ਜਾਂਦੇ ਨੇ ਇਹ ਮਸਜਿਦ ਹੈ ਜੀ ਮਸਜਿਦ ਦੀ ਮਹਿਰਾਬ ਹੈ ਟੂਵਰਡ ਵੈਸਟ ਵਾਲੀ ਸਾਈਡ ਦੇ ਉੱਤੇ ਉਹ ਉੱਤੇ ਤੁਸੀਂ ਦੇਖੋ ਤਾਂ ਲਿਖਿਆ ਹੋਇਆ ਯਾਲਾ ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਹੈ ਪੈਨਲ ਜਿਹੜਾ ਬਣਿਆ ਹੋਇਆ ਜੀ ਸਭ ਦੋਸਤ ਨਾਲ ਨਾਲ ਇਹਨੂੰ ਫਾਰਵਰਡ ਕਰਦੇ ਜਾਓ ਪਲੀਜ਼ ਇਸ ਕਰਕੇ ਕਿ ਇਹ ਵੀਡੀਓ ਮੈਂ ਚਾਹੁੰਦਾ ਵਾਂ ਕਿ ਸਰਦਾਰ ਮਨਮੋਹਨ ਸਿੰਘ ਜੀ ਤੱਕ ਪਹੁੰਚੇ ਯਾ ਅੱਲਾ ਗੋਡ ਇਜ਼ ਵਨ ਅੱਜ ਵੀ ਉਹ ਗਲੀਆਂ ਬਾਜ਼ਾਰ ਜਿਹੜੀ ਗੱਲ ਕਹਿੰਦਾ ਵਾਂ ਘਰ ਕੱਚੇ ਅਤੇ ਲੋਕ ਸੱਚੇ ਆਹ ਦੇਖੋ ਤੁਸੀਂ ਕੱਚੇ ਕੋਠੇ ਪਿੰਡ ਦੇ ਕਿੰਨਾ ਸੋਹਣਾ ਕਿੰਨਾ ਸੋਹਣਾ ਹੈ ਸਾਰਾ ਕੁਛ ਅੱਜ ਵੀ ਇਹ ਸੀ ਸਰਦਾਰਾਂ ਦਾ ਪਿੰਡ ਸਰਦਾਰ ਮਨਮੋਹਨ ਸਿੰਘ ਡਾਕਟਰ ਸਰਦਾਰ ਮਨਮੋਹਨ ਸਿੰਘ ਐਕਸ ਪੀ ਐਮ ਆਫ ਈਸਟ ਇੰਡੀਆ ਉਸ ਤੋਂ ਬਾਅਦ ਖਾਲੀ ਹੈ ਨਹੀਂ ਇੱਕ ਹੀ ਕਮਰੇ ਨੂੰ ਦੇਖੋ ਤੁਸੀਂ ਦੋ ਤਰ੍ਹਾਂ ਦੇ ਦਰਵਾਜ਼ੇ ਦੇ ਖਿੜਕੀਆਂ ਲੱਗੇ ਹੋਏ ਨੇ ਇਹ ਦੇਖੋ
ਪੋ ਵਾਲਾ ਅੰਦਰ ਸੀ ਲੋਕ ਪੁੱਛਦੇ ਨੇ ਕੀ ਕਰਨ ਆਏ ਹੋ ਅਸੀਂ ਕਿਹਾ ਜੀ ਅਸੀਂ ਗਹਿ ਦੇਖਣ ਵਾਸਤੇ ਆਏ ਹਾਂ ਗਹਿ ਬੇਗਲ ਦੇਖਣ ਵਾਸਤੇ ਆਏ ਹਾਂ ਇੰਡੀਅਨ ਪੀ ਐੱਮ ਦਾ ਘਰ ਦੇਖਣ ਵਾਸਤੇ ਆਏ ਹਾਂ ਆਓ ਜੀ ਅੱਗੇ ਚੱਲਦੇ ਹਾਂ ਸਰਦਾਰ ਮਨਮੋਹਨ ਸਿੰਘ ਦਾ ਘਰ ਪਿੰਡ ਉਹਨਾਂ ਦੀਆਂ ਯਾਦਾਂ ਧਿਆਨ ਸੁਣੋ ਫਿਰ ਹਿੱਲਦਾ ਥੈਂਕ ਯੂ ਜੀ ਸੰਦੀਪ ਵੀਰ ਜੀ ਬਹੁਤ ਸ਼ੁਕਰੀਆ ਇਹੋ ਜਿਹੀਆਂ ਜਗ੍ਹਾ ਦੇਖ ਕੇ ਪਤਾ ਕੀ ਮੇਰਾ ਦਿਲ ਕਹਿੰਦਾ ਮੇਰਾ ਲੁੱਟਿਆ ਗਿਆ ਪੰਜਾਬ ਕਿਸੇ ਦਾ ਕੀ ਗਿਆ ਮੇਰਾ ਉਜੜ ਗਿਆ ਪੰਜਾਬ ਕਿਸੇ ਦਾ ਕੀ ਗਿਆ ਆਹ ਦੇਖ ਲਓ ਤੁਸੀਂ ਪੁਰਾਣੇ ਸਰਦਾਰਾਂ ਦੇ ਘਰ ਆਹ ਦੇਖੋ ਸੜਿਆ ਹੋਇਆ ਘਰ ਹੈ ਆਓ ਤਾਂ ਅੱਗੇ ਚੱਲਦੇ ਹਾਂ ਫਿਰ ਪੱਕੇ ਔਰ ਕੱਚੇ ਘਰਾਂ ਦਾ ਇੱਕ ਖੂਬਸੂਰਤ ਇੰਤਜ਼ਾਜ ਹੈ ਇੱਥੇ ਤੁਸੀਂ ਦੇਖ ਰਹੇ ਹੋ ਸਰਦਾਰ ਮਨਮੋਹਨ ਸਿੰਘ ਜਿੱਥੇ 1932 ਵਿੱਚ ਪੈਦਾ ਹੋਏ ਸਨ ਪਿੰਡ ਗਾਹ ਜਾਂ ਗਹਿ ਕਿਹਾ ਜਾਂਦਾ ਹੈ ਜਿਹਨੂੰ ਗਹਿ ਪਿੰਡ ਦੇ ਨਜ਼ਾਰਾ ਕਰ ਰਹੇ ਹੋ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਪੇਜ ਹੈ ਜੀ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਐਂਡ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਜਦੋਂ ਘਰ ਉੱਜੜ ਜਾਂਦੇ ਨੇ ਤਾਂ ਫਿਰ ਇਹ ਸਾਰਾ ਕੁਛ ਪਿੱਛੇ ਰਹਿ ਜਾਂਦਾ ਇੰਡੀਅਨ ਪੀ ਐੱਮ ਐਕਸ ਪੀ ਐੱਮ ਸਰਦਾਰ ਮਨਮੋਹਨ ਸਿੰਘ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਦਾ ਇਹ ਵਿਲੇਜ ਹੈ ਔਰ ਇਹ ਦੱਸਿਆ ਜਾ ਰਿਹਾ ਕਿ ਸਟਰੀਟ ਲਾਈਟਸ ਜਿਹੜੀਆਂ ਪਿੰਡ ਵਾਸਤੇ ਸਨ ਇਹ ਉਹਨਾਂ ਵੱਲੋਂ ਡੋਨੇਸ਼ਨ ਆਈ ਸੀ ਇਸ ਪਿੰਡ ਵਾਸਤੇ ਆਹ ਦੇਖ ਲਓ ਤੁਸੀਂ ਪੈਨਲ ਲੱਗੇ ਹੋਏ ਨੇ ਜਗ੍ਹਾ ਜਗ੍ਹਾ 'ਤੇ ਪਾਣੀ ਦੀਆਂ ਟੈਂਕੀਆਂ ਵੀ ਬਣਾਈਆਂ ਗਈਆਂ ਸਨ ਉਸ ਵੇਲੇ ਜਦੋਂ ਆ ਰਹੇ ਸਨ ਲੋਕਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਵਕਤ ਦੇ ਨਾਲ ਨਾਲ ਸਮੇਂ ਦੇ ਨਾਲ ਨਾਲ ਹਰ ਚੀਜ਼ ਬਦਲ ਜਾਂਦੀ ਹੈ ਉਹਨਾਂ ਦੇ ਪਿੰਡ ਵਾਸੀ ਸੁੱਤੇ ਸੋ ਰਹੇ ਨੇ ਆਪਣੇ ਕਮਰੇ 'ਚ ਮੇਰੀ ਕੋਸ਼ਿਸ਼ ਹੈ ਜੀ ਇੱਕ ਵੀਡੀਓ ਦੇ ਵਿੱਚ ਹੀ ਮੈਂ ਤੁਹਾਨੂੰ ਪੂਰਾ ਪਿੰਡ ਦਿਖਾ ਦੇਵਾਂ ਜਾਂ ਦੋ ਪਾਰਟਸ ਦੇ ਅੰਦਰ ਕਦੇ ਇੰਝ ਹੀ ਸਰਦਾਰ ਮਨਮੋਹਨ ਸਿੰਘ ਜਿਹੜੇ ਨੇ ਉਹ ਫਿਰਦੇ ਹੋਣਗੇ ਇਹਨਾਂ ਗਲੀਆਂ 'ਚ ਇਸ ਪਿੰਡ ਦੇ ਅੰਦਰ ਟਿੱਬੇ ਦੇ ਉੱਤੇ ਵਸਾਇਆ ਹੋਇਆ ਪਿੰਡ ਹੈ ਉੱਪਰ ਉੱਠਾ ਕੇ ਰੱਖੋ
ਤੁਸੀਂ ਦੇਖ ਰਹੇ ਹੋ ਵਿਲੇਜ ਗਾਹ ਡਿਸਟ੍ਰਿਕਟ ਚਕਵਾਲ ਨੌਰਥ ਵੈਸਟ ਪੰਜਾਬ ਪਾਕਿਸਤਾਨ ਔਰ ਵਿਲੇਜ ਹੈ ਸਰਦਾਰ ਮਨਮੋਹ ਡਾਕਟਰ ਸਰਦਾਰ ਮਨਮੋਹਨ ਸਿੰਘ ਐਕਸ ਪੀ ਐੱਮ ਆਫ ਇੰਡੀਆ ਉਹਨਾਂ ਦਾ ਪਿੰਡ ਹੈ ਇਹ ਉਰਦੂ ਟੈਕਸਟ 'ਚ ਲਿਖਿਆ ਹੋਇਆ ਜੀ ਆਇਆਂ ਨੂੰ ਯੂ ਆਰ ਵੈਲਕਮ ਇੱਥੋਂ ਆ ਕੇ ਪਿੰਡ ਜਾਂਦਾ ਮੁੱਕ ਅਸੀਂ ਪਿੰਡ ਦੇ ਚੜ੍ਹਦੇ ਪਾਸੇ ਹਾਂ ਇਸ ਵੇਲੇ ਇਹ ਨਾਲ ਹੀ ਪੋਠੋ ਹਾਰ ਪਲੈਟੋ ਜਿਹੜਾ ਧਮੀ ਦਾ ਇਲਾਕਾ ਉਸ ਪਲੈਟੋ ਦੀ ਤੁਹਾਨੂੰ ਨਜ਼ਾਰਾ ਵੀ ਥੋੜ੍ਹਾ ਜਿਹਾ ਕਰਾ ਦੇਵਾਂ ਕਿ ਇੱਥੇ ਦਾ ਲੈਂਡਮਾਰਕ ਕਿਸ ਤਰ੍ਹਾਂ ਦਾ ਹੈ ਇੱਥੇ ਦੀ ਮਿੱਟੀ ਕਿਸ ਤਰ੍ਹਾਂ ਦੀ ਹੈ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਉੱਚੀ ਪਹਾੜੀ ਹੈ ਹੋਰ ਤਾਂ ਵਸਾਇਆ ਹੋਇਆ ਪਿੰਡ ਹੈ ਜਿਹਨੂੰ ਕਿ ਗਾਹ ਕਿਹਾ ਜਾਂਦਾ ਗਹਿ ਕਹਿੰਦੇ ਨੇ ਆਮ ਲੋਕ ਇੱਥੋਂ ਆ ਕੇ ਪਿੰਡ ਜਾਂਦਾ ਮੁੱਖ ਇਸ ਜਗ੍ਹਾ ਦੇ ਉੱਤੋਂ ਆ ਕੇ ਉਹਨਾਂ ਦਾ ਦੋਸਤ ਜਿਹੜਾ ਸੀ ਸਰਦਾਰ ਭੀਮ ਮਨਮੋਹਨ ਸਿੰਘ ਜੀ ਦਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਿ ਅਸੀਂ ਇੱਥੋਂ ਆ ਕੇ ਲੱਤਾਂ ਲਟਕਾ ਕੇ ਅਤੇ ਅਸੀਂ ਆਪਣੇ ਪਿੰਡ ਤੋਂ ਬਾਹਰ ਦਾ ਨਜ਼ਾਰਾ ਕਰਦੇ ਸੀ ਵਾਕਈ ਹੀ ਅਗਰ ਇਹ ਜਗ੍ਹਾ ਬੰਦਾ ਦੇਖੇ ਤਾਂ ਮਜ਼ਾ ਆ ਜਾਂਦਾ ਆਹ ਦੇਖੋ ਜੀ ਇਸ ਤਰ੍ਹਾਂ ਬੰਦਾ ਜਿੱਥੇ ਲੱਤਾਂ ਲਟਕਾ ਕੇ ਦੇਖਦਾ ਹੋਵੇ ਇਹ ਜਗ੍ਹਾ ਉਹ ਜਿੱਥੋਂ ਕਰਕੇ ਬੰਦਾ ਬਹਿ ਕੇ ਆਪਣਾ ਨਜ਼ਾਰਾ ਕਰੇ ਪੂਰੀ ਜਗ੍ਹਾ ਦਾ ਖੇਤਾਂ ਦਾ ਕਿਆ ਬਾਤ ਹੈ ਉਹ ਜਗ੍ਹਾ ਉਹ ਗੱਲਾਂ ਉਹ ਬਾਤਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਣਾ ਮੋਣਾ ਅਤੇ ਸ਼ਰਫੂ ਦੋਵੇਂ ਬਹਿ ਕੇ ਆਪਸ ਵਿੱਚ ਗੱਲਾਂ ਕਰਦੇ ਸੀ ਇਹੀ ਉਹ ਟੱਕੀਆਂ ਨੇ ਇਹੀ ਉਹ ਜਗ੍ਹਾ ਜਿਹਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਪਿੰਡ ਇੱਕਦਮ ਖਤਮ ਹੁੰਦਾ ਇੱਕ ਪੱਥਰ ਦੀ ਪਹਾੜ ਆਉਂਦੀ ਹੈ ਔਰ ਪੱਥਰ ਦੀ ਪਹਾੜ ਤੋਂ ਥੱਲੇ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਇਹ ਸਾਰਾ ਨਜ਼ਾਰਾ ਨਜ਼ਰ ਆਏਗਾ ਮੈਂ ਉਹਨਾਂ ਯਾਦਾਂ ਨੂੰ ਤਾਜ਼ੀਆਂ ਕਰਨ ਵਾਸਤੇ ਇੱਥੇ ਆਇਆ ਸੀ ਸਰਦਾਰ ਮਨਮੋਹਨ ਸਿੰਘ ਐਕਸ ਪੀ ਐੱਮ ਆਫ ਦੀ ਇੰਡੀਆ 10 ਸਾਲ ਤੱਕ ਕਾਂਗਰਸ ਵੱਲੋਂ ਜਿਹੜੇ ਪੀ ਐੱਮ ਰਹੇ ਇਹ ਉਹਨਾਂ ਹਾਂਜੀ ਹਾਂ ਪਲੀਜ਼ ਨੈਟਵਰਕ ਦਾ ਥੋੜ੍ਹਾ ਇਸ਼ੂ ਹੋ ਜਾਂਦਾ ਕਿਸੇ ਉੱਚੀ ਨੀਵੀਂ ਜਗ੍ਹਾ 'ਤੇ ਚਲੇ ਜਾਓ ਤਾਂ ਉਹ ਨੈਟਵਰਕ ਖਤਮ ਹੋ ਜਾਂਦਾ ਇਸ ਕਾਰਨ ਚਲੋ ਜੀ ਮੈਂ ਹੁਣ ਤੁਹਾਨੂੰ ਇਹਦਾ ਪਾਰਟ 2 ਦਿਖਾਉਣਾ ਵਾਂ ਇਹੀ ਵਿਲੇਜ ਦਾ ਸਰਦਾਰ ਮਨਮੋਹਨ ਸਿੰਘ ਥੈਂਕ ਯੂ ਗੁਰਮੀਤ ਵੀਰ ਜੀ ਮੈਲਬਨ ਤੋਂ ਹੀ ਸ਼ੇਰ ਕਹੂਟ ਥੈਂਕ ਯੂ ਅਸੀਂ ਅੱਜ ਸਰਦਾਰ ਮਨਮੋਹਨ ਸਿੰਘ ਜੀ ਦੇ ਪਿੰਡ ਆਏ ਹਾਂ ਉਹੀ ਗਲੀਆਂ ਮੁਹੱਲੇ ਉਹੀ ਯਾਦਾਂ ਤਾਜ਼ੀਆਂ ਕਰਨ ਵਾਸਤੇ ਪਲੀਜ਼ ਇਹ ਵੀਡੀਓ ਜਿਹੜੀ ਹੈ ਉਹਨਾਂ ਤੱਕ ਸ਼ੇਅਰ ਕਰੋ ਉਹਨਾਂ ਦੇ ਬੱਚਿਆਂ ਨਾਲ ਸ਼ੇਅਰ ਕਰੋ ਕਿ ਡਾਕਟਰ ਸਰਦਾਰ ਮਨਮੋਹਨ ਸਿੰਘ ਦੇ ਬੱਚਿਆਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਵਾਲਿਦ ਨੇ ਕਿੰਨੀ ਮੁਸ਼ਕਿਲ ਜਗ੍ਹਾ ਤੋਂ ਉੱਠ ਕੇ ਕਿੰਨਾ ਵੱਡਾ ਨਾਮ ਕਮਾਇਆ ਨੋ ਡਾਊਟ ਇੱਥੇ ਅੱਜ ਜ਼ਿੰਦਗੀ ਦੀ ਹਰ ਸਹੂਲਤ ਮੌਜੂਦ ਹੈ ਲੇਕਿਨ ਫਿਰ ਵੀ ਬਹੁਤ ਮੁਸ਼ਕਿਲ ਏਰੀਆ ਹੈ ਲਾਈਫ ਬਹੁਤ ਸਿੰਪਲ ਹੈ ਪਿਆਰ ਮੁਹੱਬਤ ਭਾਈਚਾਰਾ ਇੱਥੇ ਦੀ ਅੱਜ ਵੀ ਪਹਿਚਾਣ ਹੈ ਥੈਂਕਸ ਸ਼ਰਜੀਲ ਥੈਂਕ ਯੂ ਕਰਨ ਥੈਂਕ ਯੂ ਗੁਰਮੀਤ ਥੈਂਕ ਯੂ ਮਨਤੀ ਸੇਮ ਪਲੇਸ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਦਾ ਪਿੰਡ
ਕੋਸ਼ਿਸ਼ ਕਰਨੇ ਜੀ ਇਸ ਬੱਚੇ ਨਾਲ ਗੱਲ ਕਰੀਏ ਲੋਕਲ ਲੈਂਗੁਏਜ ਦੇ ਵਿੱਚ, ਇਹਨਾਂ ਦੀ ਜਿਹੜੀ ਆਪਣੀ ਲੈਂਗੁਏਜ ਹੈ ਉਹਦੇ ਨਾਲ। ਨਿੱਕਾ ਕੀ ਹਾਲ ਹੈ ਤੁਹਾਡਾ, ਕਿੰਨੀ ਕਲਾਸ ਵਿੱਚ ਪੜ੍ਹਦੇ ਹੋ, ਕਿਹੜੇ ਸਕੂਲ ਵਿੱਚ? ਗਾਹ ਸਕੂਲ ਪੜ੍ਹਦੇ ਹੋ। ਕੀ ਨਾਮ ਹੈ ਤੁਸਾਂ? ਅਤੇ ਅੱਬੂ ਦਾ ਕੀ ਨਾਮ ਹੈ? ਅਤੇ ਇੱਧਰ ਤੱਕ ਕੇ ਗੱਲ ਕਰੋ ਨਾ ਮੇਰੇ ਵੱਲ, ਸ਼ਰਮਾਨੇ ਕਿਉਂ? ਹਾਂਜੀ, ਅੱਛਾ ਤੁਸਾਂ ਪਤਾ ਕਿ ਇੱਥੇ ਤੁਸਾਂ ਨੇ ਗ੍ਰਾਮ ਵਿੱਚ ਸਰਦਾਰ ਮਨਮੋਹਨ ਸਿੰਘ ਜਿਹੜਾ ਇੰਡੀਆ ਨਾ ਵਜ਼ੀਰ ਆਜ਼ਮ ਰਿਹਾ ਉਹ ਵੀ ਇੱਥੇ, ਤੁਸਾਂ ਪਤਾ ਹੈ? ਦੇਖੋ ਜੀ ਇਸ ਬੱਚੇ ਨੂੰ ਵੀ ਪਤਾ ਹੈ, ਅਤੇ ਤੁਸਾਂ ਮਹਿਸੂਸ ਹੋਣਾ, ਤੁਸੀਂ ਚੰਗਾ ਮਹਿਸੂਸ ਕਰਨੇ ਹੋ ਕਿ ਤੁਸਾਂ ਨੇ ਇਲਾਕੇ ਨਾਲ ਬੰਦਾ ਇੰਡੀਆ ਨਾ ਪ੍ਰਾਈਮ ਮਿਨਿਸਟਰ ਬਣਿਆ ਜਾ ਕੇ। ਅਤੇ ਕਿਤਨੀ ਉਮਰ ਹੈ ਤੁਹਾਡੀ? 15-16। ਅਤੇ ਤੁਸਾਂ ਵਾਲਦੈਨ ਦੱਸਿਆ, ਵੜਕਿਆਂ ਦੱਸਿਆ ਕਿ ਵੀ ਇੱਥੋਂ ਦਾ ਜਿਹੜਾ ਸਰਦਾਰ ਹੈ ਉੱਥੇ ਜਾ ਕੇ ਵਜ਼ੀਰ ਆਜ਼ਮ ਲੱਗਾ? ਕਿਸ ਤਰ੍ਹਾਂ ਪਤਾ ਲੱਗਾ? ਸਕੂਲੇ ਲੱਗ ਪੈਣਾ, ਸਕੂਲੇ ਪੜ੍ਹਾਉਣੇ ਨੇ ਤੁਹਾਨੂੰ, ਦੱਸਣੇ ਨੇ ਕਿ ਇੱਥੇ ਨਾ ਕਿਉਂ ਜੀ ਤੁਸੀਂ ਜਦੋਂ ਇੱਥੇ ਸਕੂਲੇ ਪੜ੍ਹਨੇ ਹੋ ਤਾਂ ਇੱਥੇ ਦੱਸਣੇ ਨੇ ਕਿ ਵੀ ਸਰਦਾਰ ਮਨਮੋਹਨ ਸਿੰਘ ਜਿਹੜਾ ਉਹ ਐਸੇ ਸਕੂਲੇ ਪੜ੍ਹਿਆ, ਇਹ ਜਿਹੜਾ ਗਾਹ ਵਾਲਾ ਸਕੂਲ ਹੈ। ਇਹ ਹਲੀ ਤਾਂ ਕਸ ਹੋ ਸੰਗੀ, ਆਹ ਉਹਨੂੰ ਕਿਹਾ ਜ਼ਰਾ ਉਹ ਹਵੇਲੀ ਦੇ ਦਿਖਾਓ ਵਰਨਾ ਜੀ, ਆਹੋ ਅਸਾਂ ਆਉਣਾ ਨਾਲ ਵਿੰਜੋ ਵਰਨਾ ਨਾਲ ਸਾਡੇ। ਆਹ ਦੇਖੋ ਜੀ ਤੁਸੀਂ ਗੱਲ ਕਹਿੰਦੇ ਨੇ ਕਿ ਇੱਥੇ ਸਕੂਲਾਂ 'ਚ ਨਹੀਂ ਦੱਸਿਆ ਜਾਂਦਾ, ਇਹ ਸਾਡੇ ਸਿਲੇਬਸ 'ਚ ਸ਼ਾਮਿਲ ਨਹੀਂ ਹੈ, ਲੇਕਿਨ ਇਲਾਕਾਈ ਤੌਰ ਦੇ ਉੱਤੇ ਪ੍ਰੋਵਿੰਸ਼ੀਅਲ ਵਾਈਜ਼ ਜਿਹੜੇ ਇਲਾਕੇ ਦੇ ਵਿੱਚ ਜਿਹੜਾ ਕੋਈ ਇਵੈਂਟ ਹੈ ਵੱਡਾ ਉਹ ਸਕੂਲਾਂ ਦੇ ਵਿੱਚ ਦੱਸਿਆ ਜਾਂਦਾ। ਇਹ ਦੇਖ ਲਓ ਬੱਚੇ ਆਪਣੇ ਮੂੰਹ, ਦੇਖੋ ਮੈਂ ਤੁਹਾਨੂੰ ਦੱਸਿਆ ਕਿ ਅੱਗੋਂ ਸਾਹਮਣੇ ਆ ਰਹੇ ਨੇ, ਮੇਰੇ ਜਾਣੂ ਕੋਈ